हाँ जी, सत श्री अकाल जी सारिआं नूं। की हाल आ तुहाडा सारिआं दा? आस ते उम्मीदां करदे हां कि तुसीं सारे अपने अपने घरां विच खुशियां खेड़े मार रहे होंगे ना। साडे चैनल ते तुहाडा फिर तो स्वागत है। अज अपना दूजा ब्लॉग आ, जिवें कि आपां पहला ब्लॉग पाया सीगा टिंगरी दा, बी आपां ला रहे सीगे है ना, ते तूड़ी वगैरह भिउंती सीगी। तूड़ी भिउंती पई आ, अज इहनूं 24 घंटे हो गए ने हुण, ते गांह आपां बी वगैरह लाउणा। बहुता टाइम नहीं खराब करदे आपां, सिद्धा सानूं वीडियो कि नहीं लै के चलदे हां। इस तों पहलां इक गल भीरे, जे तुसीं साडा मतलब भी वीडियो दूजिया नहीं देखिया ट्रैक्टर वालियां, तां उपर मैं आई वाला बटन पा दिंदा, ते इहते क्लिक करके तुसीं साडियां ट्रैक्टर वालियां वीडियो देख लो। बहुत घैंट वीडियो आ, हर एक मंडी दे आपां ट्रैक्टरां दी वीडियो पाउंदे हुंदे आ। ते बाकी होर भी सानूं राय सलाह दिया करो, कमेंट करके दस्सिया करो भी किद्दां दी वीडियो सानूं चाहीदियां ने, है ना। ते आजो फिर आपां, अपनी तूड़ी होगी तैयार, ते गांह गांह करदे आं गल्लां बातां तुहाडे। हाँ जी, आह देखो अपनी तूड़ी बिल्कुल रेडी हो चुकी आ, आह देखो। ते ਇਹਦੇ ਲਈ ਆਪਣੇ ਕੋਲ ਹੁਣ ਬੀ ਸੀ ਜਿਹੜਾ, ਆਹ ਆਪਣੇ ਕੋਲ ਬੀ ਪਿਆ, ਸਾਰਾ ਆਪਾਂ ਲਾਵਾਂਗੇ ਕਿਵੇਂ ਕਿਵੇਂ। ਲਿਫਾਫੇ ਰੱਖ ਲਏ ਆਪਾਂ, ਕੈਮਰਾ ਮੈਂ ਇੱਧਰ ਜੇ ਰੱਖਦੇ ਹਾਂ ਥੋੜ੍ਹਾ ਦੂਰ ਕਰਕੇ, ਤਾਂ ਕਿ ਸਾਰਾ ਪ੍ਰੋਸੀਜਰ ਤੁਹਾਨੂੰ ਵਧੀਆ ਢੰਗ ਨਾਲ ਦਿਖਾ ਸਕਾਂ। ਠੀਕ ਹੈ ਜੀ, ਹੁਣ ਆਪਾਂ ਪਹਿਲਾਂ ਜਿਹੜੀ ਤੂੜੀ ਆ ਉਹਨੂੰ ਕੱਢ ਕੇ ਗੱਟੇ 'ਤੇ ਪਾ ਲਾਂਗੇ। ਆ ਜਾਓ, ਇਹਨੂੰ ਆਪਾਂ ਸਾਰੀ ਨੂੰ ਕੱਢ ਕੱਢ ਕੇ ਨਾ ਇਹ 'ਚੋਂ ਪਾਣੀ 'ਚੋਂ ਨਿਚੋੜ ਕੇ, ਅਤੇ ਇੱਧਰ ਬੋਰੀ 'ਤੇ ਸੁੱਟ ਲਾਂਗੇ। ਪੱਲੀ ਵਿਛਾ ਲਈ ਆਪਾਂ ਪਹਿਲਾਂ, ਹਵਾ ਚੱਲੀ ਜਾਂਦੀ ਹੈ ਯਾਰ। ਹਾਂਜੀ ਦੋਸਤੋ, ਆਪਾਂ ਸਾਰੀ ਤੂੜੀ ਕੱਢ ਲਈ ਜਿਵੇਂ ਕਿ ਤੁਸੀਂ ਦੇਖਿਆ ਨਾ, ਅਤੇ ਇਹਦੇ ਵਿੱਚੋਂ ਜਿਹੜਾ ਅਸੈਸ ਅਮਾਊਂਟ ਆਫ ਬਟਰ ਸੀ, ਮਤਲਬ ਕਿ ਜ਼ਿਆਦਾ ਪਾਣੀ ਕਹਿ ਸਕਦੇ ਹਾਂ, ਜਿਹੜਾ ਕਿ ਉਹ ਨੁੱਚੜ ਕੇ ਬਾਹਰ ਜਾਣ ਲੱਗ ਗਿਆ ਦੇਖੋ ਨਾਲੀ 'ਚ। ਇਹ ਤਾਂ ਕਰਕੇ ਢਿੱਗ ਲਾਇਆ ਕਿ ਸਾਰਾ ਪਾਣੀ ਇਹਦਾ ਨੁੱਚੜ ਜੇ, ਜਿਹੜਾ ਵੀ ਜ਼ਿਆਦਾ ਹੈਗਾ ਪਾਣੀ ਉਹ ਸਾਰਾ ਨੁੱਚੜ ਕੇ ਨਿਕਲ ਜੂਗਾ। ਫਿਰ ਆਪਾਂ ਇਹਨੂੰ ਲਿਫਾਫਿਆਂ ਦੇ ਵਿੱਚ ਪਾਵਾਂਗੇ, ਨਾਲ ਨਾਲ ਬੀ ਕੇਰ ਕੇ ਵਿੱਚ ਕਿਵੇਂ ਲਿਫਾਫੇ ਭਰਨੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਸਾਰਾ। ਮਾੜੇ ਹੱਥ ਧੋਲਾਂ ਆ ਜਾਓ, ਹੁਣ ਤੁਹਾਨੂੰ ਨੇੜਿਓਂ ਦਿਖਾਉਣੇ ਆ ਸਾਰਾ ਵੀ ਕਿਵੇਂ ਕਿਵੇਂ ਹੋ ਗਿਆ ਇਹ ਸਿਸਟਮ ਆਪਣਾ। ਆਹ ਦੇਖੋ, ਆਹ ਰਹਿ ਗਿਆ ਪਾਣੀ, ਇਕੱਲਾ ਪਾਣੀ ਬਚ ਗਿਆ ਦਵਾਈ ਵਾਲਾ ਆਪਣਾ, ਅਤੇ ਫੰਗੀ ਸਾਈਡ ਪਾਈ ਜਿਹੜੀ। ਆਹ ਟਿਗ ਲਾ ਲਿਆ ਆਪਾਂ, ਟਿਗ ਲਾਉਣ ਦਾ ਇਹੀ ਆ ਮਤਲਬ ਕਿ ਜਿਹੜਾ ਪਾਣੀ ਇਹਦੇ ਵਿੱਚੋਂ ਦੇਖੋ ਨੁੱਚੜ ਕੇ ਜਾ ਰਿਹਾ ਸਾਰਾ। ਜ਼ਿਆਦਾ ਪਾਣੀ ਸੀ ਨੁੱਚੜ ਕੇ ਇੱਧਰ ਵਗ ਜਾਊ, ਥੋੜ੍ਹੀ ਢਾਲ 'ਤੇ ਰੱਖੀ ਹੋਈ ਆ ਮੈਂ, ਇੱਧਰ ਨੂੰ ਢਾਲੂਗਾ ਥਾਂ ਆਪਣਾ ਤਾਂ ਕਿ ਪਾਣੀ ਜਲਦੀ ਨੁੱਚੜ ਜੇ, ਅਤੇ ਇਹਨੂੰ ਥੋੜ੍ਹਾ ਜਿਹਾ ਨੁੱਚੜ ਜਾਣ ਦਿਓ। ਫਿਰ ਆਪਾਂ ਲਿਫਾਫਿਆਂ ਦੇ ਵਿੱਚ ਲਾਉਣੇ ਆ, ਅਤੇ ਗਾਂਹ ਵਾਲਾ ਪ੍ਰੋਸੀਜਰ ਤੁਹਾਨੂੰ ਆਪਾਂ ਦਿਖਾਉਣੇ ਆ। ਠੀਕ ਹੈ, ਹਾਂਜੀ ਇਹ ਨੁੱਚੜ ਜੂਗੀ ਉਹਨੇ, ਅਤੇ ਆਪਾਂ ਲਿਫਾਫੇ ਭਰਨੇ ਸ਼ੁਰੂ ਕਰੀਏ। ਆਹ ਬੀ ਅਤੇ ਦੋ ਪੈਕਟ ਆਪਾਂ ਰੱਖ ਲਏ, ਦੋ ਬਾਅਦ 'ਚ ਲਾਵਾਂਗੇ, ਦੋ ਆਪਾਂ ਇੱਧਰ ਕੱਢ ਲਏ। ਇਹਨੂੰ ਆਪਾਂ ਇੱਕ ਲਿਫਾਫੇ 'ਚ ਇੱਕ ਲਾਉਣਾ, ਤਾਂ ਪਹਿਲਾਂ ਆਪਾਂ ਇੱਕ ਨੂੰ ਰੱਖੀਏ ਨਾ। ਇਹਨੂੰ ਆਪਾਂ ਦਾਣਾ ਦਾਣਾ ਕਰ ਲੈਣਾ ਤਾਂ ਕਿ ਵਧੀਆ ਤਰੀਕੇ ਨਾਲ ਉੱਗੇ। ਜੇ ਗੁੱਛੇ ਜੇ ਰਹਿ ਗਏ ਮੰਨ ਲਓ, ਪਰ ਉਹ ਇੱਕੋ ਹੀ ਥਾਂ 'ਤੇ ਗੁੱਛੇ ਜੇ ਬਣੀ ਜਾਂਦੇ ਆ, ਵਧੀਆ ਨਹੀਂ ਉਹਦੀ। ਇਹਨਾਂ ਹੱਥਾਂ ਨਾਲ ਮਸਲ ਲੈਣਾ, ਆਹ ਗੰਢਾਂ ਹੀ ਬਣੀਆਂ ਹੁੰਦੀਆਂ, ਚਾਹੇ ਇਹਨੂੰ ਇਕੱਲੀ ਇਕੱਲੀ ਨੂੰ ਤੋੜ ਕੇ ਦਾਣਾ ਦਾਣਾ ਕਰ ਦੇਣਾ ਆਪਾਂ। ਟਰੈਕਟਰ ਵਾਲੀਆਂ ਵੀਡੀਓ ਜ਼ਰੂਰ ਦੇਖਿਆ ਕਰੋ, ਬਹੁਤ ਘੈਂਟ ਪਾਉਂਦੇ ਆਪਾਂ, ਮਿਹਨਤ ਕਰਦੇ ਹਾਂ ਉਹ 'ਤੇ ਕਾਫੀ। ਅਤੇ ਆਹ ਬਲੌਗ ਤਾਂ ਚਲੋ ਆਪਾਂ ਨਾਲ ਨਾਲ ਕਈ ਵੀਰਾਂ ਨੇ ਆਪਾਂ ਨੂੰ ਕਿਹਾ ਸੀ ਤਾਂ ਪਾਉਣ ਲੱਗ ਗਏ। ਅਤੇ ਇੱਕ ਨਾ ਵੀਰ ਸਾਡਾ ਵਟਸਐਪ ਨੰਬਰ ਆ ਜਿਹੜਾ 9496304042 ਅਤੇ 4642, ਇਹਨੂੰ ਆਪਣੇ ਆਪਣੇ ਪਿੰਡਾਂ ਦੇ ਵਟਸਐਪ ਗਰੁੱਪਾਂ 'ਚ ਐਡ ਕਰ ਦਿਓ ਵੀਰ ਬਣ ਕੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹੈ ਨਾ। ਅਤੇ ਬਾਕੀ ਜੇ ਕਿਸੇ ਵੀ ਵੀਰ ਨੇ ਆਪਦੀ ਕੋਈ ਵੀ ਐਡ ਪਾਉਣੀ ਹੈ ਜਾਂ ਕੋਈ ਬਿਜਨਸ ਕੀਤਾ ਛੋਟਾ ਮੋਟਾ, ਭਰਾ ਨੇ ਕਿਸੇ ਨੇ ਆਪਣੇ ਨੇ ਕੋਈ ਇੰਡਸਟਰੀਅਲ ਸੈਟਅਪ ਜਾਂ ਕੁਛ ਵੀ, ਕੋਈ ਦੁਕਾਨ ਆ ਕੁਛ ਵੀ, ਮਿਹਨਤ ਕਰ ਰਿਹਾ ਬੰਦਾ, ਆਪਾਂ ਉਹਦੀ ਫ੍ਰੀ 'ਚ ਐਡ ਪਾਵਾਂਗੇ, ਪ੍ਰਮੋਸ਼ਨ ਕਰਾਂਗੇ ਆ ਕੇ ਆਪਾਂ ਉੱਥੇ। ਬਸ ਉਹਦੇ ਲਈ ਕੰਡੀਸ਼ਨ ਇਹ ਹੋਣੀ ਚਾਹੀਦੀ ਆ ਕਿ ਆਪਣੀਆਂ ਵੀਡੀਓ ਉਹਨੇ ਬੰਦੇ ਨੇ ਸ਼ੇਅਰ ਕੀਤੀਆਂ ਹੋਣੀਆਂ ਚਾਹੀਦੀਆਂ, ਅਤੇ ਆਪਦੇ ਘੱਟੋ ਘੱਟ 2-3 ਵਟਸਐਪ ਗਰੁੱਪਾਂ 'ਚ ਸਾਡਾ ਨੰਬਰ ਐਡ ਕਰਵਾ ਦੇ, ਅਤੇ ਆਪਾਂ ਆ ਕੇ ਫ੍ਰੀ 'ਚ
ਉਹਦੇ ਪ੍ਰਮੋਸ਼ਨ ਕਰਦੇ ਹਾਂ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਆਪਾਂ ਨੂੰ ਤੈਆਂ ਬਣਾ ਬਣਾ ਕੇ ਭਰਾਂਗੇ, ਪਰਤਾਂ ਬਣਾ ਕੇ, ਜਿਵੇਂ ਕਿ ਆਪਾਂ ਤੂੜੀ ਖਲਿਆਰਦਾ ਵਾ ਤੁਹਾਡੇ ਸਾਹਮਣੇ ਹੀ ਆ, ਦੇਖੀ ਚਲੋ। ਅਤੇ ਅੱਜ ਸਭ ਤੋਂ ਥੱਲੜੀ ਪਰਤ ਹੋ ਗਈ, ਇਹਨੂੰ ਆਪਾਂ ਬੈੱਡ ਵੀ ਕਹਿ ਸਕਦੇ ਹਾਂ ਵੀ ਇਹਦਾ ਬੈੱਡ ਬਣਾ ਲਿਆ ਆਪਾਂ ਥੱਲੇ। ਅਤੇ ਉਦੋਂ ਬਾਅਦ ਆਪਾਂ ਇਹ 'ਚ ਬੀ ਕੇਰਨਾ ਜਿਹੜਾ ਸਾਈਡਾਂ ਸਾਈਡਾਂ 'ਤੇ, ਦੇਖ ਕੇ ਧਿਆਨ ਨਾਲ ਬਰਾਬਰ ਜੀ ਕੁਆਂਟਿਟੀ 'ਚ ਹੋਵੇ ਵੀ, ਹੈ ਨਾ, ਅਤੇ ਵਿਚਾਲੇ ਨਹੀਂ ਆਪਾਂ ਕੇਰਨਾ। ਵਿਚਾਲੇ ਨਹੀਂ ਆਪਾਂ ਬੀ ਪਾਉਣਾ ਇਹਦੇ, ਕਿਉਂਕਿ ਜੇ ਬੀ ਵਿਚਾਲੇ ਪਾਤਾ ਉਹ ਤਾਂ ਫਿਰ ਨਿਕਲਣਾ ਨਹੀਂ ਬਾਹਲਾ ਵਧੀਆ, ਰਿਜ਼ਲਟ ਨਹੀਂ ਆਉਣਾ। ਆਪਾਂ ਸਾਈਡਾਂ ਸਾਈਡਾਂ 'ਤੇ ਸਾਰੇ ਲਿਫਾਫੇ 'ਤੇ ਖਲਿਆਰੀ ਚੱਲਾਂਗੇ, ਅਤੇ ਨਾਲ ਨਾਲ ਫਿਰ ਮੰਨ ਲਓ ਵੀ 2 ਇੰਚ, 1.5 ਤੋਂ 2 ਇੰਚ ਦੀ ਆਪਾਂ ਪਰਤ ਬਣਾ ਲਿਆ ਕਰਨੀ ਆ ਤੂੜੀ ਦੀ ਬੈੱਡ, ਫਿਰ ਆਪਾਂ ਵੀ ਪਾ ਦੇਣਾ। ਅਤੇ ਤੁਸੀਂ ਕਾਸਟ ਦੇਖਿਓ ਜੀ ਹੁੰਦੀ ਕਿੰਨਾ ਵਧੀਆ ਰਿਜ਼ਲਟ ਆਊਗਾ, ਤੁਸੀਂ ਉਹ ਦੇਖਿਓ, ਉਹ ਵੀ ਆਪਾਂ ਅਗਲੀਆਂ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ। ਆਹ ਦੇਖੋ, ਉਸਨੂੰ ਮੈਂ ਨੇੜਿਓਂ ਦਿਖਾਉਣਾ। ਆਪਾਂ ਸਾਈਡਾਂ ਨੂੰ ਵੀ ਖਲਿਆਰਿਆ ਸਾਰਾ, ਵਿਚਾਲੇ ਨਹੀਂ ਸਾਈਡਾਂ ਸਾਈਡਾਂ 'ਤੇ, ਅਤੇ ਫਿਰ ਤੂੜੀ ਪਾਈ ਜਾਂਦੇ ਹਾਂ, ਫਿਰ ਉੱਤੇ ਇੱਕ ਬੈੱਡ ਬਣ ਜੂ ਸਾਰਾ ਦਿਖਾਉਣਾ। ਆਪਣਾ ਮੇਨ ਮਕਸਦ ਐਂ ਵੀ ਲਾਉਣ ਦਾ ਇਹੀ ਆ ਵੀ ਆਪਾਂ ਪ੍ਰੋਡਕਸ਼ਨ ਜ਼ਿਆਦਾ ਤੋਂ ਜ਼ਿਆਦਾ ਲੈ ਸਕੀਏ। ਦੇਖੋ ਬੀਜ ਤਾਂ ਕਾਫੀ ਤਰੀਕੇ ਨਾਲ ਲੱਗ ਜਾਂਦਾ ਇਹ, ਹੈ ਨਾ, ਪਰ ਆਪਾਂ ਨੂੰ ਜਦੋਂ ਆਪਾਂ ਬੀਜ ਬੀਜਦੇ ਹਾਂ ਇਹੀ ਆਸ ਹੁੰਦੀ ਹੈ ਨਾ ਵੀ ਹਰ ਇੱਕ ਦਾਣਾ ਦਾਣਾ ਆਪਣਾ ਉੱਗੇ, ਇਕੱਲਾ ਇਕੱਲਾ ਬੀਜ ਆਪਾਂ ਨੂੰ ਆਪਣੇ ਮਿਹਨਤ ਦਾ ਫਲ ਦੇਵੇ, ਤਾਂ ਆਪਾਂ ਲਾਵੋ ਵੀ ਉਸ ਹਿਸਾਬ ਨਾਲ ਕਿ ਆਪਾਂ ਨੂੰ ਚੰਗਾ ਇਹਦਾ ਵਧੀਆ ਫਲ ਮਿਲ ਸਕੇ, ਅਤੇ ਉਹੀ ਤਰੀਕੇ ਨਾਲ ਆਪਾਂ ਲਾਉਂਦੇ ਹਾਂ। ਅਤੇ ਜੇ ਤੁਸੀਂ ਬੀਜ ਦੀ ਗੱਲ ਕਰੋ ਵੀ ਆਪਾਂ ਨੂੰ ਬੀਜ ਕਿੱਥੋਂ ਮਿਲੂਗਾ, ਅਸੀਂ ਤਾਂ ਲੈਤਾ ਵੀਰੇ ਖੇਤੀਬਾੜੀ ਵਿਭਾਗ ਵਾਲਿਆਂ ਤੋਂ, ਜਿਵੇਂ ਤਲਵੰਡੀ ਸਾਬੋ 'ਚ ਜਿਹੜਾ ਹੈਗਾ ਦਫ਼ਤਰ ਇਹਨਾਂ ਦਾ, ਉੱਥੇ ਸਪਤੰਬਰ ਅਕਤੂਬਰ ਮਹੀਨੇ 'ਚ ਜਾ ਕੇ ਆਪਦਾ ਨਾਮ ਫੋਨ ਨੰਬਰ ਲਿਖਾ ਦੇਵੇ ਵੀ ਸਾਨੂੰ ਬੀਜ ਦੀ ਲੋੜ ਆ ਜੀ, ਜਦੋਂ ਵੀ ਬੀਜ ਆਉਂਦਾ ਫਿਰ ਉਸਨੂੰ ਫੋਨ ਕਰ ਦਿੰਦੇ ਵੀ ਜੀ ਬੀਜ ਆ ਗਿਆ, ਅਤੇ ਲੈ ਜਾਓ 30 ਰੁਪਇਆਂ ਦਾ ਇੱਕ ਪੈਕਟ ਮਿਲਦਾ ਇਹ ਬੀਜ ਦਾ। ਅਤੇ ਉਂਝ ਪਰ ਮੈਂ ਦੇਖਿਆ ਤਾਂ ਹੈ ਨਹੀਂ, ਪਰ ਬਹੁਤ ਵੀਰ ਕਹਿੰਦੇ ਵੀ ਐਮਾਜੋਨ ਵਗੈਰਾ 'ਤੇ ਵੀ ਮਿਲੀ ਜਾਂਦਾ ਹੈਗਾ, ਅਤੇ ਉੱਥੇ ਤੁਸੀਂ ਮਸ਼ਰੂਮ ਸੀਡ ਭਰ ਦਿਓ ਜਾ ਕੇ ਐਮਾਜੋਨ 'ਤੇ, ਕਹਿੰਦੇ ਵੀ ਉੱਥੇ ਮਿਲ ਜਾਂਦਾ, ਬਹੁਤ ਵੀਰਾਂ ਨੇ ਦੱਸਿਆ ਮੈਨੂੰ, ਪਰ ਮੈਂ ਇਹਨੂੰ ਪਤਾ ਨਹੀਂ ਉਹਦੇ ਬਾਰੇ, ਆਪਾਂ ਦੇਖ ਲਾਂਗੇ ਚਲੋ ਜੇ ਮਿਲਦਾ ਹੋਇਆ ਤਾਂ। ਤਕਰੀਬਨ ਆਪਣਾ ਇੱਕ ਲਿਫਾਫਾ ਲੱਗਿਆ ਇੰਨੀ ਤੂੜੀ ਨਾਲ, ਇੱਕ ਟੱਬ ਤੂੜੀ ਦਾ ਤੁਹਾਡੇ ਸਾਹਮਣੇ ਕੱਢਿਆ ਆਪਾਂ, 35 ਸੀਗੀ, ਅਤੇ ਹੁਣ ਤੁਹਾਨੂੰ ਲੱਗ ਜੂ ਆਈਡੀਆ ਵੀ ਭਿੱਜ ਕੇ ਕਿੰਨੀ ਕੁ ਰਹਿ ਜਾਂਦੀ ਆ। ਵੱਡਾ ਗੱਟਾ ਸੀ ਆਪਣੇ ਕੋਲ, ਅਤੇ 1.25 ਗੱਟਾ ਪਾਤਾ ਸੀ ਆਪਾਂ ਤੂੜੀ ਦੇ 'ਚ, ਅਤੇ ਇੱਕ ਬੀ ਇੱਕ ਪੈਕਟ ਬੀ ਦਾ ਆਪਣਾ ਬਹੁਤ ਵਧੀਆ ਢੰਗ ਨਾਲ ਇਹ 'ਚ ਲੱਗ ਗਿਆ। ਗਾਂਹ ਵੀ ਤੁਹਾਨੂੰ ਦਿਖਾਵਾਂਗੇ ਵੀ ਇਹ ਆਪਾਂ ਲਿਫਾਫੇ ਰੱਖਣੇ ਕਿਵੇਂ ਆ, ਕਿੱਥੇ ਰੱਖਣੇ ਆ, ਕਿਹੋ ਜਿਹਾ ਐਟਮੋਸਫੀਅਰ ਚਾਹੀਦਾ, ਅਤੇ ਸਾਰਾ ਦਿਖਾਵਾਂਗੇ। ਆਪਣਾ ਕੰਪਲੀਟ ਹੋਣ ਵਾਲਾ, ਆਹ ਦੇਖੋ ਇੰਨਾ ਕੁ ਰਹਿ ਗਿਆ ਸਿਸਟਮ ਆਪਣੇ ਕੋਲ, ਤੂੜੀ ਨਿਬੜ ਚੱਲੀ ਸਾਰੀ, ਉਤਲੀ ਪਰਤ ਇਹਦੀ ਵਿਖ ਜੂਗੀ ਆਪਣੀ ਇੱਕ। ਹਾਂਜੀ ਦੋਸਤੋ, ਆਹ ਨਾ ਆਪਾਂ ਇੱਕ ਬਣਾ ਲਿਆ ਇੱਥੇ ਦੇਖੋ ਸਟੈਂਡ ਜਿਹਾ, ਬਾਲਟੀਆਂ ਰੱਖ ਕੇ ਖਾਲੀ, ਉੱਤੇ ਗ੍ਰਿੱਲ ਪਈ ਸੀਗੀ ਅਤੇ ਉੱਤੇ ਆਪਾਂ ਰੱਖ ਲਿਆ ਲਿਫਾਫਾ, ਅਤੇ ਤੁਸੀਂ ਮਤਲਬ ਵੀ ਕੋਈ ਫੱਟਾ ਫੱਟਾ ਪਿਆ ਹੋਵੇ ਘਰ ਉੱਤੇ ਰੱਖ ਲਿਓ, ਉੱਚੀ ਥਾਂ 'ਤੇ ਰੱਖਣਾ ਇਹ। ਉਦੋਂ ਬਾਅਦ 'ਚ ਇਹਦੇ ਵਿੱਚ ਆਪਾਂ ਕੋਈ ਵੀ ਇੱਦਾਂ ਕਿੱਲ ਪੱਤੀ ਲੈ ਕੇ ਮੋਰੀਆਂ ਕਰਨੀਆਂ ਹੁੰਦੀਆਂ ਨੇ ਸਾਰੇ ਪਾਸੇ, ਅਤੇ ਆਹ ਦੇਖੋ ਆਪਾਂ ਕਰਦੇ ਹਾਂ ਹੁਣ।
ਤੁਹਾਨੂੰ ਦਿਖਾਉਣਾ ਨੇੜੇ ਹੋ ਮੈਂ ਆਪਾਂ ਪੱਤੀ ਜੀ ਆਪਣੇ ਜਿਵੇਂ ਘਰਾਂ 'ਚ ਆਮ ਹੁੰਦੀ ਹੈ ਤੁਸੀਂ ਕਿਸੇ ਵੀ ਚੀਜ਼ ਨਾਲ ਆਏ ਇਹ 'ਚ ਸਾਰੇ ਪਾਸੇ ਮੈਂ ਮੋਰੀਆਂ ਕਰਤੀਆਂ ਦੇਖੋ ਠੀਕ ਹੈ ਨਾ ਇਹ ਕਰਕੇ ਹੁਣ ਇਹਨੂੰ ਪਿਆ ਰਹਿਣ ਦਿਉ ਉੱਤੋਂ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ ਇੱਥੋਂ ਮੈਂ ਵੀ ਲਿਫਾਫਾ ਹੋਰ ਲਾ ਕੇ ਟੇਪ ਰੋਲ ਲਾ ਦੂੰਗਾ ਅਤੇ ਬਸ ਇਹ ਵੀਡੀਓ ਆਪਣੀ ਇੰਨੀ ਸੀਗੀ ਗਾਹ ਆਪਾਂ ਜਿਵੇਂ ਵੀ ਆਪਣੇ ਲਿਫਾਫੇ ਹੋਰ ਰਹਿੰਦੇ ਆ ਭਰਨ ਵਾਲੇ ਅਤੇ ਉਹ ਵੀ ਆਪਾਂ ਭਰ ਲਾਂਗੇ ਆਹ ਪਏ ਆ ਜਿਹੜੇ ਇਹ 'ਚ ਹੋਰ ਤੂੜੀ ਭਿਉਂ ਦਿੰਦਾ ਭਰ ਲਾਂਗੇ ਉਹ ਪਿੱਛੇ ਆਪਣਾ ਪਿਆ ਹੈਗਾ ਖੰਭਾਂ ਵਾਲਾ ਲਿਫਾਫਾ ਅਤੇ ਕਿਵੇਂ ਕਿਵੇਂ ਉੱਗਦੀਆਂ ਨੇ ਗਾਂ ਕਿੰਨੇ ਕੁ ਦਿਨਾਂ ਦੇ ਵਿੱਚ ਉੱਗਣਗੀਆਂ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਜਿਹੜੇ ਹੈਗੇ ਆ ਪਲੇ ਲਿਸਟ ਦੇ ਵਿੱਚ ਜਾ ਕੇ ਚੈਨਲ 'ਤੇ ਬਲੌਗ ਵਾਲੀ ਪਲੇ ਲਿਸਟ ਆ ਉਹਦੇ ਵਿੱਚ ਹੋਣਗੀਆਂ ਸਾਰੀਆਂ ਵੀਡੀਓ ਬਲੌਗ 'ਚ ਅਤੇ ਇੱਕ ਟਰੈਕਟਰਾਂ ਵਾਲੀ ਪਲੇ ਲਿਸਟ ਅਲੱਗ ਅਲੱਗ ਪਲੇ ਲਿਸਟਾਂ ਬਣਾਈਆਂ ਹੋਈਆਂ ਨੇ ਤੁਸੀਂ ਉੱਥੇ ਜਾ ਕੇ ਦੇਖ ਲਿਆ ਕਰੋ ਕਿਹੜੀ ਵੀਡੀਓ ਦੇਖਣੀ ਹੈ ਜਿਹੜਾ ਵਿਸ਼ਾ ਤੁਹਾਨੂੰ ਦੇਖਣ ਨੂੰ ਵਧੀਆ ਲੱਗਦਾ ਉਹੀ ਪਲੇ ਲਿਸਟ ਉੱਥੇ ਜਾ ਕੇ ਤੁਸੀਂ ਕਲਿੱਕ ਕਰਕੇ ਉਹ 'ਚ ਉਹੀ ਵੀਡੀਓ ਦੇਖ ਸਕਦੇ ਹੋ ਅਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ 'ਚ ਜ਼ਰੂਰ ਦੱਸਿਓ ਜੀ ਧੰਨਵਾਦ ਥੈਂਕ ਯੂ ਜੁੜੇ ਰਹੋ ਅਗਲੀ ਵੀਡੀਓ ਦਾ ਇੰਤਜ਼ਾਰ ਕਰੋ ਜਲਦੀ ਲੈ ਕੇ ਆਵਾਂਗੇ ਬਹੁਤ ਘੈਂਟ